ਤੇ ਉਰੇ ਸਾਡੇ ਕੇਸ ਵਾਲਾ ਨੂੰ ਕਿਸੇ ਨੂੰ ਕਾਲਾ ਪੀਲੀਆ ਹੋ ਗਿਆ, ਕਿਸੇ ਨੂੰ HIV ਹੋ ਗਈ, ਇਹ ਬਸ ਲੋਕਾਂ ਤੋਂ ਪਰਦਾ ਰੱਖਦੇ ਆ ਤੇ ਬਹੁਤ ਜ਼ਿਆਦਾ ਉਰੇ ਬਸ ਦਵਾਈ ਦੁਵਾਈ ਦਿੱਤੀ ਨਹੀਂ ਜਾਂਦੀ ਆ। ਦੇਖੋ ਮੇਰਾ ਬਹੁਤ ਮਾੜਾ ਹਾਲ ਆ, ਗਿੱਟਾ ਤੋੜ ਗਿੱਟਾ ਤੋੜਦਾ, ਦੇਖੋ ਕਿਵੇਂ ਹੋ ਰਿਹਾ ਵੀਰ। ਮੈਂ ਇਹਦੇ ਨੀਲ ਪਾਤਾ ਜੀ, ਆ ਗਿੱਟਾ ਇਹਦਾ ਜਮਾ ਹੋ ਗਿਆ, ਸਮਾਨ ਵਿੱਚ ਮੈਨੂੰ ਕਹਿੰਦੇ ਸਮਾਨ ਵਿੱਚ ਉਹ ਕਰ। ਮੈਂ ਇਨਕਾਰ ਕਰਤਾ ਜੀ, ਮੈਂ ਲੋਕਾਂ ਨੂੰ ਨਸ਼ੇ ਪੱਤੇ ਤੇ ਨਹੀਂ ਲਾ ਸਕਦਾ ਕਿਉਂਕਿ ਅਸੀਂ ਆਪ ਮਰ ਗਏ ਨਸ਼ੇ ਪੱਤੇ ਚ ਕਰਕੇ। ਇਸ ਕਰਕੇ ਮੈਨੂੰ ਟੌਰਚਰ ਕਰਕੇ ਮੇਰਾ ਗਿੱਟਾ ਤੋੜਿਆ ਤੇ ਸਾਨੂੰ ਬਸ ਤੁਹਾਨੂੰ ਕੁਝ ਕਹਿ ਨਹੀਂ ਸਕਦੇ ਅਸੀਂ ਵੀ ਸਾਡੇ ਨਾਲ ਬੜਾ ਸਹੀ ਗੱਲ ਨਹੀਂ ਹੈ। ਅਸੀਂ ਬੇਨਤੀ ਕਰਦੇ ਆ, ਅਸੀਂ ਬੇਨਤੀ ਕਰਦੇ ਆ ਪੰਜਾਬ ਭਗਵੰਤ ਮਾਨ ਸਿੰਘ ਨੂੰ ਕਿ ਜੋ ਵੀ ਜੇਲ੍ਹਾਂ ਦੇ ਵਿੱਚ ਸਪਲਾਈ ਹੋ ਰਿਹਾ ਇਹ ਚੀਜ਼ਾਂ ਬੰਦ ਕੀਤੀਆਂ ਜਾਣ ਤੇ ਜਿੰਨੇ ਵੀ ਹੈਗੇ ਸਾਰੇ ਇਹ ਮੁਲਾਜ਼ਮ ਹੀ ਲੈ ਕੇ ਜਾਂਦੇ ਨੇ, ਜੇ ਬਾਅਦ ਚ ਮੁੰਡਿਆਂ ਨੂੰ ਕੁੱਟਦੇ ਨੇ ਤੁਹਾਡੇ ਕੋਲ ਕਿੱਥੋਂ ਆਇਆ। ਤੇ ਸਾਰੇ ਆਪਣੇ ਪੰਜਾਬ ਨੂੰ ਸਾਰੇ ਨੂੰ ਬੇਨਤੀ ਕਰਦੇ ਆ ਵੀ ਤੁਸੀਂ ਵੀ ਸਾਰੇ ਹੱਲ ਹੋਈ ਜਾਂਦੇ ਨੇ ਵੀ ਇੱਕ ਵਾਰੀ ਸਾਰੇ ਨੂੰ ਵੀ ਜੇਲ੍ਹਾਂ ਕੰਨੀ ਵੀ ਝਾਕੋ ਵੀ ਉਰੇ ਵੀ ਕਿਸੇ ਦੇ ਪੁੱਤ ਬੈਠੇ ਆ। ਮੰਤਰੀ ਸਾਹਿਬ ਨੂੰ ਇਹ ਅਸੀਂ ਪੰਜਾਬ ਦੀ ਇੱਕ ਨੰਬਰ ਜੇਲ੍ਹ ਸੈਂਟਰਲ ਹਾਈ ਸਕਿਉਰਿਟੀ ਜੇਲ੍ਹ ਬਠਿੰਡਾ ਦੇ ਵਿੱਚ ਬੋਲਦੇ ਪਏ ਆ ਤੇ ਤੁਹਾਨੂੰ ਦਿਖਾਉਂਦੇ ਆ ਇੱਥੇ ਜੋ ਕੁਛ ਬਾਹਰ ਸਰਕਾਰਾਂ ਜਾਂ ਪ੍ਰਸ਼ਾਸਨ ਦਿਖਾਉਂਦਾ ਪਿਆ ਉਹ ਸਭ ਫੋਕੇ ਫੈਂਟਰ ਆ ਇਹਨਾਂ ਦੇ। ਇੱਥੇ ਸਭ ਕੁਛ ਹੀ ਚੱਲਦਾ ਉਹਦੇ ਅਸੀਂ ਸਾਰੇ ਗਵਾਹ ਹਾਂ। ਇੱਥੇ ਬੇਹੱਦ ਟੌਰਚਰ ਕੀਤਾ ਜਾਂਦਾ ਸਾਰਿਆਂ ਨੂੰ, ਕਿਸੇ ਦਾ ਗਿੱਟਾ ਭੰਨਿਆ ਜਾਂਦਾ, ਕਿਸੇ ਦੀਆਂ ਲੱਤਾਂ ਭੰਨੀਆਂ ਜਾਂਦੀਆਂ, ਡਾਂਗਾ ਮਾਰ ਮਾਰ ਕੇ ਡਾਂਗਾ ਤੋੜੀਆਂ ਜਾਂਦੀਆਂ ਇਹਨਾਂ ਤੇ, ਠੀਕ ਆ। ਇਹ ਹਾਈ ਸਕਿਉਰਿਟੀ ਕਰਕੇ ਇੱਥੇ ਪ੍ਰੈਸ਼ਰਾਈਜ਼ ਕਰਦੇ ਆ ਲੋਕਾਂ ਨੂੰ, ਮੈਂਟਲੀ ਅਪਸੈਟ ਕਰਦੇ ਆ ਲੋਕਾਂ ਨੂੰ, ਠੀਕ ਆ, ਮੈਂਟਲੀ ਟੌਰਚਰ ਕੀਤਾ ਜਾਂਦਾ ਲੋਕਾਂ ਨੂੰ। ਮੈਂ ਤੁਹਾਨੂੰ ਦਿਖਾਉਣਾ ਵੀ ਇਹ ਜੇਲ੍ਹ ਦੇ ਵਿੱਚ ਕਿਵੇਂ ਬਾਹਰ ਲੋਕਾਂ ਨੂੰ ਫੁੱਦੂ ਬਣਾਇਆ ਜਾਂਦਾ, ਕਿਵੇਂ ਲੋਕਾਂ ਨੂੰ ਦਿਖਾਇਆ ਜਾਂਦਾ ਵੀ ਅਸੀਂ ਬਹੁਤ ਸਖਤਾਈ ਕੀਤੀ ਆ। ਅੱਜ ਫੜਾਓ ਮਾੜਾ ਜਿਹਾ ਬੋਲ ਗਿਆ, ਵੀਡੀਓ ਫੋਨ ਦਿਖਾਓ ਇਹਨਾਂ ਨੂੰ। ਆਹ ਦੇਖੋ ਬਈ, ਇਹਨਾਂ ਨੂੰ ਬਾਕੀ ਖੜੇ ਰਹੋ। ਆਹ ਦੇਖੋ ਜੀ, ਇਹ ਸਾਰਾ ਕੁਛ ਇੰਦਰਬੀਰ ਸਿੰਘ ਕਾਲੋਂ, ਇੰਦਰਬੀਰ ਸਿੰਘ ਕਾਲੋਂ ਨਵਦੀਪ ਡਿਪਟੀ, ਠੀਕ ਆ, ਸਿਕਿਉਰਿਟੀ ਡਿਪਟੀ ਆ ਜਿਹੜਾ ਭੁਪਿੰਦਰ ਸਿੰਘ ਆ, ਜਸਪਾਲ ਸਿੰਘ ਆ, ਇਹ ਸਾਰੇ ਰਲ ਮਿਲ ਕੇ ਇਹਨਾਂ ਦਾ ਨੈਕਸਸ ਚਲਾਇਆ ਹੋਇਆ ਜੇਲ੍ਹਾਂ ਦੇ ਵਿੱਚ ਬੇਹੱਦ। ਇਹ ਕਹਿੰਦੇ ਆ ਵੀ ਸਾਡਾ ਸਮਾਨ ਵਿਕੇ, ਪੈਸੇ ਲੈਂਦੇ ਆ ਬੈਰਕਾਂ ਦੇ ਵਿੱਚ, ਠੀਕ ਆ, ਆਪ ਹੀ ਚੀਜ਼ਾਂ ਦੇ ਕੇ ਲੋਕਾਂ ਨੂੰ ਕਹਿੰਦੇ ਆ ਸਾਨੂੰ ਵੀ ਵੰਡੋ, ਇਹਨਾਂ ਤੋਂ ਪੈਸੇ ਇਕੱਠੇ ਕਰੋ ਤੇ ਲੱਖ ਲੱਖ ਰੁਪਈਆ ਬੈਰਕਾਂ ਦਾ ਦਿੰਦੇ ਆ, ਠੀਕ ਆ। ਆਹ ਮੁੰਡਾ ਬੇਨਤੀ ਕਰਨਾ ਚਾਹੁੰਦਾ ਤੁਹਾਨੂੰ ਤੇ ਦੇਖੋ, ਸਾਰਿਆਂ ਦੀ ਹੌਲਦਾਰਾਂ ਦੀ ਚੈਕਿੰਗ ਹੁੰਦੀ ਆ, ਇਹਨਾਂ ਦੀ ਚੈਕਿੰਗ ਘੱਟ ਹੁੰਦੀ ਆ, ਉਹਨੂੰ ਹਾਈ ਸਕਿਉਰਿਟੀ ਜਿਹੜਾ ਸਮਾਨ ਲੱਗਦਾ ਨਹੀਂ, ਕਾਲੋ ਹੋਇਆ ਸਪਾਲ ਡਿਪਟੀ ਹੋਇਆ ਡਿਪਟੀ ਦਾ ਹੀ ਚੈਕਿੰਗ ਘੱਟ ਹੁੰਦੀ ਆ, ਇਹ ਸਾਰਾ ਸਮਾਨ ਸਾਨੂੰ ਲਿਆ ਕੇ ਲੋਕਾਂ ਨੂੰ ਕਾਲਾ ਪੀਲੀਆ ਲੋਕਾਂ ਨੂੰ ਕਹਿੰਦੇ ਆ ਉਰੇ ਸਾਡੇ ਤੇ 302 ਦਾ ਪਰਚਾ, ਅਸੀਂ ਬਾਹਰੇ ਕੋਈ ਨਸ਼ਾ ਪੱਤਾ ਨਹੀਂ ਕਰਦੇ ਸੀ ਤੇ ਉਰੇ ਸਾਡੇ ਕੇਸ ਵਾਲਾ ਨੂੰ ਕਿਸੇ ਨੂੰ ਕਾਲਾ ਪੀਲੀਆ ਹੋ ਗਿਆ, ਕਿਸੇ ਨੂੰ HIV ਹੋ ਗਈ, ਇਹ ਬਸ ਲੋਕਾਂ ਤੋਂ ਪਰਦਾ ਰੱਖਦੇ ਆ ਤੇ ਬਹੁਤ ਜ਼ਿਆਦਾ ਉਰੇ ਬਸ ਦਵਾਈ ਦੁਵਾਈ ਦਿੱਤੀ ਨਹੀਂ ਜਾਂਦੀ ਆ। ਦੇਖੋ ਮੇਰਾ ਬਹੁਤ ਮਾੜਾ ਹਾਲ ਆ, ਗਿੱਟਾ ਤੋੜ ਗਿੱਟਾ ਤੋੜਦਾ, ਦੇਖੋ ਕਿਵੇਂ ਹੋ ਰਿਹਾ ਵੀਰ। ਮੈਂ ਇਹਦੇ ਨੀਲ ਪਾਤਾ ਜੀ, ਆ ਗਿੱਟਾ ਇਹਦਾ ਜਮਾ ਹੋ ਗਿਆ, ਸਮਾਨ ਵਿੱਚ ਮੈਨੂੰ ਕਹਿੰਦੇ ਸਮਾਨ ਵਿੱਚ ਉਹ ਕਰ। ਮੈਂ ਇਨਕਾਰ ਕਰਤਾ ਜੀ, ਮੈਂ ਲੋਕਾਂ ਨੂੰ ਨਸ਼ੇ ਪੱਤੇ ਤੇ ਨਹੀਂ ਲਾ ਸਕਦਾ ਕਿਉਂਕਿ ਅਸੀਂ ਆਪ ਮਰ ਗਏ ਨਸ਼ੇ ਪੱਤੇ ਚ ਕਰਕੇ। ਇਸ ਕਰਕੇ ਮੈਨੂੰ ਟੌਰਚਰ ਕਰਕੇ ਮੇਰਾ ਗਿੱਟਾ ਤੋੜਿਆ ਤੇ ਸਾਨੂੰ ਬਸ ਤੁਹਾਨੂੰ ਕੁਝ ਕਹਿ ਨਹੀਂ ਸਕਦੇ ਅਸੀਂ ਵੀ ਸਾਡੇ ਨਾਲ। ਅਸੀਂ ਬੇਨਤੀ ਕਰਦੇ ਆ, ਅਸੀਂ ਬੇਨਤੀ ਕਰਦੇ ਆ ਪੰਜਾਬ ਭਗਵੰਤ ਮਾਨ ਸਿੰਘ ਨੂੰ ਕਿ ਜੋ ਵੀ ਜੇਲ੍ਹਾਂ ਦੇ ਵਿੱਚ ਸਪਲਾਈ ਹੋ ਰਿਹਾ ਇਹ ਚੀਜ਼ਾਂ ਬੰਦ ਕੀਤੀਆਂ ਜਾਣ ਤੇ ਜਿੰਨੇ ਵੀ ਹੈਗੇ ਸਾਰੇ ਇਹ ਮੁਲਾਜ਼ਮ ਹੀ ਲੈ ਕੇ ਜਾਂਦੇ ਨੇ, ਜੇ ਬਾਅਦ ਚ ਮੁੰਡਿਆਂ ਨੂੰ ਕੁੱਟਦੇ ਨੇ ਤੁਹਾਡੇ ਕੋਲ ਕਿੱਥੋਂ ਆਇਆ। ਤੇ ਸਾਰੇ ਆਪਣੇ ਪੰਜਾਬ ਨੂੰ ਸਾਰੇ ਨੂੰ ਬੇਨਤੀ ਕਰਦੇ ਆ ਵੀ ਤੁਸੀਂ ਵੀ ਸਾਰੇ ਹੱਲ ਹੋਈ ਜਾਂਦੇ ਨੇ ਵੀ ਇੱਕ ਵਾਰੀ